ਨੌਜਵਾਨ ਤਾਂ ਜੇ ਕੁਲਦੀਪ ਦੀ ਲੀਹ ਤੇ ਜਾਂ ਅੱਗੇ ਚੱਲੂਗਾ ਹੈ ਨਾ ਉਹ ਤਾਂ ਨਿਕਲ ਹੀ ਆਉਣਗੇ ਪਰ ਦੀਪ ਸਿੱਧੂ ਨੇ ਨਹੀਂ ਮੁੜਨਾ ਫਿਲਮਾਂ ਦੇ ਵਿੱਚ ਉਹਨੇ ਕਾਮੇਡੀ ਦੇ ਦੌਰ ਦੇ ਵਿੱਚ ਐਕਸ਼ਨ ਫਿਲਮਾਂ ਦਾ ਦੌਰ ਸ਼ੁਰੂ ਕੀਤਾ ਜਦੋਂ ਪਹਿਲੀ ਵਾਰ ਖਬਰ ਮਿਲੀ ਸੀ ਜਾਂ ਸੋਸ਼ਲ ਮੀਡੀਆ ਤੇ ਦੇਖਿਆ ਸੀ ਵਿਸ਼ਵਾਸ ਹੁੰਦਾ ਸੀ ਮੈਨੂੰ ਹੁਣ ਵੀ ਨਹੀਂ ਹੈਗਾ ਅਸੀਂ ਰਾਹ ਦੇ ਵਿੱਚ ਗੱਡੀ ਦੇ ਵਿੱਚ ਆਉਂਦੇ ਆਉਂਦੇ ਮਸਤੀ ਵੀ ਲੱਗ ਜਾਂਦੀ ਸੀ ਕਰਨ ਭੁੱਲ ਜਾਂਦੇ ਸੀ ਹੈ ਨਾ ਨਹੀਂ ਯਕੀਨ ਆਉਂਦਾ ਇਹ ਗੱਲ ਦਾ ਸਾਨੂੰ ਦੋਸਤਾਂ ਨੂੰ ਜੋ ਵੀ ਹੈਗਾ ਹਰ ਕਿੱਤੇ ਨੂੰ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਵੱਡਾ ਜਿੱਡਾ ਵੱਡਾ ਕਹਿ ਲਓ ਉਡਾ ਘਾਟਾ 26 ਜਨਵਰੀ ਤੋਂ ਬਾਅਦ ਦਾ ਜਿਹੜਾ ਸਮਾਂ ਸੀ ਉਹ ਦੀਪ ਵਾਸਤੇ ਬਹੁਤ ਇੱਕ ਨਾਜ਼ੁਕ ਸਥਿਤੀ ਸੀ ਜਿਹੜੇ ਉਹਦੇ ਆਪਣੇ ਸੀ ਉਹ ਵੀ ਉਹਦੇ ਤੋਂ ਦੂਰ ਹੋ ਗਏ ਹਰ ਸੰਘਰਸ਼ ਕਰਨ ਵਾਲੇ ਬੰਦੇ ਤੇ ਦਿਨ ਆਉਂਦੇ ਆ ਜਿਨ੍ਹਾਂ ਨੇ ਜੰਗਾਂ ਲੜੀਆਂ ਜਾਂ ਸੰਘਰਸ਼ ਕੀਤੇ ਆ ਜਾਂ ਅੰਦੋਲਨ ਲੜੇ ਆ ਕਿਹਦੇ ਤੇ ਦਿਨ ਨਹੀਂ ਆਏ ਇਤਿਹਾਸ ਚੱਕ ਲਓ ਨਾ ਇਹ ਤਾਂ ਹੁਣ ਲੋਕ ਹੀ ਦੱਸ ਰਹੇ ਨੇ ਵੀ ਕੀ ਖੱਟਿਆ ਕਿਨੇ ਕੀ ਨਹੀਂ ਕੌਣ ਸਹੀ ਸੀ ਕੌਣ ਗਲਤ ਸੀ ਅੱਜ ਉਹ ਪੰਜਾਬ 'ਚੋਂ ਉੱਠਣ ਵਾਲੀ ਹਰ ਇੱਕ ਅੱਖ ਨਾਮ ਹੈ ਕਿਉਂਕਿ ਪੰਜਾਬ ਅਤੇ ਪੰਥ ਦੀ ਗੱਲ ਕਰਨ ਵਾਲਾ ਬਾਈ ਦੀਪ ਸਿੱਧੂ ਨਹੀਂ ਰਿਹਾ ਉਹ ਬੇਦਾਗ ਹੋ ਕੇ ਇਸ ਸੰਸਾਰ ਤੋਂ ਜਿਹੜਾ ਹੈ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਗਿਆ ਏ ਜਿੱਥੇ ਪੰਥਕ ਨੁਮਾਇੰਦੇ ਪੰਥਕ ਸ਼ਖਸੀਅਤਾਂ ਪੁੱਜੀਆਂ ਨੇ ਉੱਥੇ ਵੱਡੀ ਤਾਦਾਦ ਦੇ ਵਿੱਚ ਫਿਲਮੀ ਅਦਾਕਾਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਲੰਮਾ ਸਮਾਂ ਬਤੀਤ ਕੀਤਾ ਉਹ ਵੀ ਪੁੱਜੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਦੀਪ ਸਿੱਧੂ ਸਾਕਸ਼ਾਤ ਉਹ ਸ਼ਖਸੀਅਤ ਸੀ ਜਿਸ ਦੇ ਮਨ ਵਿੱਚ ਕਦੇ ਚੌਧਰ ਦੀ ਲਾਲਸਾ ਨਹੀਂ ਜੇ ਉਹ ਕਿਸੇ ਪੰਥਕ ਇਕੱਠ ਦੇ ਵਿੱਚ ਜਾਂ ਕਿਸੇ ਵੀ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਦਾ ਤਾਂ ਬੜਾ ਪਿੱਛੇ ਤੋਂ ਹੋ ਕੇ ਜਿਹੜਾ ਸੀ ਬੈਕ ਤੋਂ ਰਹਿ ਕੇ ਲੋਕਾਂ ਵਾਂਗ ਇੱਕ ਆਮ ਜਿਹਾ ਵਿਅਕਤੀ ਬਣ ਕੇ ਉਹ ਲੋਕਾਂ ਦੇ ਨਾਲ ਜਿਹੜਾ ਵਾਰਤਾਲਾਪ ਕਰਦਾ ਹੈ ਬਾਈ ਕਿਰਦਾਰ ਬਹੁਤ ਵੱਡਾ ਘਾਟਾ ਪਿਆ ਹੈ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪੰਜਾਬ ਦਾ ਜੰਮਿਆ ਸੂਰਮਾ ਜਿਸਨੇ ਫਿਲਮਾਂ ਅਦਾਕਾਰੀ ਦੇ ਵਿੱਚ ਵੀ ਬਹੁਤ ਵੱਡਾ ਨਾਮ ਨਾ ਖੱਟਿਆ ਹੈ ਪਰ ਉਹ ਪੰਜਾਬ ਨੂੰ ਔਰ ਕੁਦਰਤੀ ਪੰਜਾਬ ਦੇ ਜਿਹੜੇ ਹੱਕ ਨੇ ਉਹਨਾਂ ਦੀ ਗੱਲ ਕਰਦਾ ਰਿਹਾ ਡਟ ਕੇ ਇੱਕ ਅਜਿਹਾ ਨੌਜਵਾਨ ਪੰਜਾਬ ਨੂੰ ਫਿਰ ਨਹੀਂ ਮਿਲੇਗਾ ਬਹੁਤ ਦੁੱਖਦਾਇਕ ਪਲ ਨੇ ਦੇਖੋ ਜੀ ਨੌਜਵਾਨ ਤਾਂ ਜੇ ਕੋਈ ਦੀਪ ਦੀ ਲੀਹ ਤੇ ਜਾਂ ਅੱਗੇ ਚੱਲੂਗਾ ਹੈ ਨਾ ਉਹ ਤਾਂ ਨਿਕਲ ਹੀ ਆਉਣਗੇ ਪਰ ਦੀਪ ਸਿੱਧੂ ਨੇ ਨਹੀਂ ਮੁੜਨਾ ਹੈ ਨਾ ਉਹਦੀ ਇੱਕ ਆਈਡੀਓਲੋਜੀ ਸੀ ਫਿਲਮਾਂ ਦੇ ਵਿੱਚ ਉਹਨੇ ਕਾਮੇਡੀ ਦੇ ਦੌਰ ਦੇ ਵਿੱਚ ਐਕਸ਼ਨ ਫਿਲਮਾਂ ਦਾ ਦੌਰ ਸ਼ੁਰੂ ਕੀਤਾ ਜੋਰਾ 10 ਨੰਬਰ ਵਰਗੀਆਂ ਫਿਲਮਾਂ ਜਦੋਂ ਜੋਰਾ ਦੇ ਨਾਂ ਨਾਲ ਹੀ ਮੈਨੂੰ ਮਢੀਰਨ ਨੂੰ ਜਾਣਨ ਲੱਗ ਗਈ ਸੀ ਇਹ ਜੋਰਾ ਦੇ ਇੰਜ ਕਰਕੇ ਨਾ ਹੁਣ ਵੀ ਜਦੋਂ ਕਿਤੇ ਰਾਹ ਦੇ ਵਿੱਚ ਗੱਲਬਾਤ ਹੋਈ ਜਾਂ ਲੋਕਾਂ ਨੇ ਕਿਹਾ ਇਹ ਜੋਰੇ ਦੇ ਸੰਸਕਾਰ 'ਤੇ ਆਏ ਆ ਐਡਾ ਇਕੱਠ ਐਡਾ ਲੁਧਿਆਣੇ 'ਚ ਮੈਨੂੰ ਲੱਗਦਾ ਗੱਡੀਆਂ ਘੁੰਮਾ ਘੁੰਮਾ ਕੇ ਆਉਣ ਸਾਡੀ ਗੱਡੀ ਖੇਤਾਂ 'ਚ ਖੜੀ ਆ ਅਸੀਂ ਇੱਧਰਲੇ ਪਾਸਿਓਂ ਆਏ ਹਾਂ ਹੈ ਨਾ ਅਤੇ ਇੰਨੇ ਇਕੱਠ ਦੇ ਵਿੱਚ ਪਤਾ ਵੀ ਨਹੀਂ ਲੱਗ ਰਿਹਾ ਵੀ ਡੈੱਡ ਬੋਡੀ ਲੈ ਕੇ ਆ ਗਏ ਜਾਂ ਨਹੀਂ ਆ ਗਏ ਦੀਪ ਸਿੱਧੂ ਆ ਗਿਆ ਜਾਂ ਨਹੀਂ ਆ ਗਿਆ ਹੈ ਨਾ ਪਤਾ ਨਹੀਂ ਲੱਗ ਰਿਹਾ ਇੰਨੇ ਕੌਮ ਦੇ ਵਿੱਚ ਅਤੇ ਇਹ ਆਮ ਬੰਦੇ ਦੀ ਕਮਾਈ ਤਾਂ ਨਹੀਂ ਹੋ ਸਕਦੀ ਹੈ ਨਾ ਜਦੋਂ ਪਹਿਲੀ ਵਾਰ ਖਬਰ ਮਿਲੀ ਸੀ ਜਾਂ ਸੋਸ਼ਲ ਮੀਡੀਆ 'ਤੇ ਦੇਖਿਆ ਸੀ ਵਿਸ਼ਵਾਸ ਹੁੰਦਾ ਸੀ ਮੈਨੂੰ ਹੁਣ ਵੀ ਨਹੀਂ ਹੈਗਾ ਹੁਣ ਵੀ ਤੁਸੀਂ ਵਾਰ ਵਾਰ ਸਾਰੇ ਜਿਹੜੇ ਆਪਣੇ ਮੀਡੀਆ ਵਾਲੇ ਦੋਸਤ ਪੁੱਛਦੇ ਆ ਪੁੱਛ ਕੇ ਅਸੀਂ ਰਾਹ ਦੇ ਵਿੱਚ ਗੱਡੀ ਦੇ ਵਿੱਚ ਆਉਂਦੇ ਆਉਂਦੇ ਮਸਤੀ ਵੀ ਲੱਗ ਜਾਂਦੇ ਸੀ ਕਰਨ ਭੁੱਲ ਜਾਂਦੇ ਸੀ ਹੈ ਨਾ ਨਹੀਂ ਯਕੀਨ ਆਉਂਦਾ ਇਹ ਗੱਲ ਦਾ ਪਰ ਬਹੁਤ ਵੱਡਾ ਘਾਟਾ ਇਹ ਯੰਗ ਏਜ ਦੇ ਵਿੱਚ ਚਲੇ ਜਾਣਾ ਮਤਲਬ ਪੰਜਾਬ ਨੂੰ ਸਾਨੂੰ ਦੋਸਤਾਂ ਨੂੰ ਜੋ ਵੀ ਹੈਗਾ ਹਰ ਕਿੱਤੇ ਨੂੰ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਵੱਡਾ ਜਿੱਡਾ ਵੱਡਾ ਕਹਿ ਲਓ ਉਡਾ ਘਾਟਾ ਜੇ ਆਪਾਂ ਦੀਪ ਦੀ ਗੱਲ ਕਰੀਏ ਤਾਂ 26 ਜਨਵਰੀ ਤੋਂ ਬਾਅਦ ਦਾ ਜਿਹੜਾ ਸਮਾਂ ਸੀ ਉਹ ਦੀਪ ਵਾਸਤੇ ਬਹੁਤ ਇੱਕ ਨਾਜ਼ੁਕ ਸਥਿਤੀ ਸੀ ਜਿਹੜੇ ਉਹਦੇ ਆਪਣੇ ਸੀ ਉਹ ਵੀ ਉਹਦੇ ਤੋਂ ਦੂਰ ਹੋ ਗਏ ਹਰ ਸੰਘਰਸ਼ ਕਰਨ ਵਾਲੇ ਬੰਦੇ ਤੇ ਦਿਨ ਆਉਂਦੇ ਆ ਜਿਨ੍ਹਾਂ ਨੇ ਜੰਗਾਂ ਲੜੀਆਂ ਜਾਂ ਸੰਘਰਸ਼ ਕੀਤੇ ਆ ਜਾਂ ਅੰਦੋਲਨ ਲੜੇ ਆ ਕਿਹਦੇ ਤੇ ਦਿਨ ਨਹੀਂ ਆਏ ਇਤਿਹਾਸ ਚੱਕ ਲਓ ਹੈ ਨਾ ਮਤਲਬ ਇਹ ਤਾਂ ਇਹ ਚੀਜ਼ਾਂ ਭੁਗਤ ਕੇ ਇਹ ਚੀਜ਼ਾਂ ਕਰਕੇ ਹੀ ਐਡੇ ਇਕੱਠ ਖੱਟੇ ਜਾਂਦੇ ਆ ਇਸ ਸੰਸਾਰ ਤੋਂ ਅਲਵਿਦਾ ਹੋਣ ਮੌਕੇ ਬੇਦਾਗ ਹੋ ਕੇ ਸੰਸਾਰ ਤੋਂ ਜਾਣਾ ਬਹੁਤ ਵੱਡਾ ਮਾਇਨੇ ਰੱਖਦਾ ਵੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਇਕੱਠ ਹੀ ਦੱਸੀ ਜਾਂਦਾ ਹੈ ਨਾ ਮੇਰੇ ਸ਼ਬਦ ਨਹੀਂ ਹੈਗੇ ਕਿ ਮੈਂ ਬੋਲਾਂ ਇਸ ਬਾਰੇ ਮੈਂ ਕੋਈ ਟਿੱਪਣੀ ਕਰਾਂ ਹੈ ਨਾ ਹੁਣ ਸਾਡੀ ਗੱਡੀ ਖੇਤਾਂ 'ਚ ਖੜੀ ਆ ਅਸੀਂ ਘੁੰਮ ਕੇ ਆਏ ਹਾਂ ਮਿੱਟੀ 'ਚ ਪੈਰ ਲਵੇਟਦੇ ਉੱਧਰਲੇ ਪਾਸੇ ਹੈ ਨਾ ਅਤੇ ਇਹ ਤਾਂ ਹੁਣ ਲੋਕ ਹੀ ਦੱਸ ਰਹੇ ਨੇ ਵੀ ਕੀ ਖੱਟਿਆ ਕਿਨੇ ਕੀ ਨਹੀਂ ਕੌਣ ਸਹੀ ਸੀ ਕੌਣ ਗਲਤ ਸੀ ਉਹਨਾਂ ਦੇ ਨਾਲ ਕੋਈ ਗੁਜ਼ਾਰਿਆ ਹੋਇਆ ਪਲ ਜਾਂ ਉਹਨਾਂ ਦੇ ਕਹੇ ਹੋਏ ਸ਼ਬਦ ਯਾਦ ਆਉਂਦੇ ਅੱਜ ਮੈਂ ਫਿਲਮ ਕੀਤੀ ਆ ਉਹਦੇ ਨਾਲ ਰੰਗ ਪੰਜਾਬ ਠੀਕ ਹੈ ਮੈਂ 2 ਮਹੀਨੇ ਗੁਜ਼ਾਰੇ ਆ ਉਦੋਂ ਬਾਅਦ ਕੇਸਾਂ 'ਚ ਵੀ ਸਲਾਹ ਲੈ ਲੈਂਦੇ ਸੀਗੇ ਅਸੀਂ ਉਹਨਾਂ ਤੋਂ ਹੈ ਨਾ ਕਾਫੀ ਇੰਡਸਟਰੀ ਦੇ ਵਿੱਚ ਇੱਕ ਰਿਸ਼ਤਾ ਬਣਦਾ ਸਾਡਾ ਕਲਾਕਾਰੀ ਦਾ ਬਣਦਾ ਸਾਡਾ ਆਰਟਿਸਟ ਦਾ ਬਣਦਾ ਸਾਡਾ ਲਿਟਰੇਚਰ ਦਾ ਰਿਸ਼ਤਾ ਬਣਦਾ ਸਾਡੇ ਰਿਸ਼ਤੇ ਕੋਈ ਆਹ ਇਨਸਾਨੀ ਰਿਸ਼ਤੇ ਨਹੀਂ ਹੁੰਦੇ ਕਿ ਅਸੀਂ ਇੱਕ ਦੂਜੇ ਰਿਸ਼ਤੇਦਾਰੀ 'ਚ ਜੰਮਦੇ ਹਾਂ ਉਹ ਰਿਸ਼ਤੇ ਹੁੰਦੇ ਆ ਸਾਡੇ ਕਾਰੋਬਾਰ ਦੇ ਰਿਸ਼ਤੇ ਹੁੰਦੇ ਆ ਭਰਾਵਾਂ ਦੇ ਰਿਸ਼ਤੇ ਹੁੰਦੇ ਆ ਦੋਸਤਾਂ ਦੇ ਰਿਸ਼ਤੇ ਹੁੰਦੇ ਆ ਅਤੇ ਉਹਨਾਂ 'ਚੋਂ ਇੱਕ ਜੋ ਮਹੱਤਵਪੂਰਨ ਰਿਸ਼ਤਾ ਸੀ ਉਹ ਵੀ ਅੱਜ ਨਹੀਂ ਹੈ ਹਰ ਵਿਅਕਤੀ ਦੀ ਅੱਖ ਨਾਮ ਹੈ ਇਹ ਤਾਂ ਦੂਰ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਨਾਲ ਪਲ ਗੁਜ਼ਾਰੇ ਹੈ
उस समय नूं याद करके जिहड़ा भावुक क्यों नहीं होणगे तां जिहड़े लोकां ने उहनां दी संगत कीती, संगत ही नहीं जिहड़े लोकां ने उहनां दी पंजाब प्रति पंजाब दी जवानी नूं लै के किसानी नूं लै के और दिल्ली दे उपरों लगातार वज रहा पंजाब दे उपर डाका ਇਹ ਅਜਿਹੀਆਂ ਉਹਨਾਂ ਦੀਆਂ ਤਕਰੀਰਾਂ ਸੁਣੀਆਂ ਨੇ ਉਹ ਲੋਕ ਅੱਜ ਵੀ ਯਾਦ ਕਰਦੇ ਨੇ ਤਾਂ ਇਹ ਬੜਾ ਭਾਵਕਮਈ ਦ੍ਰਿਸ਼ ਹੈ ਹਰ ਬੰਦੇ ਦੀ ਅੱਖ ਜਿਹੜਾ ਨਮ ਹੋ ਜਾਂਦੀ ਹੈ TV84 ਤੋਂ ਜੁੜੇ ਰਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ